ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਚ ਇੱਥੇ ਵਾਪਰਿਆ ਕਹਿ ਸਾਰੇ ਪੰਜਾਬ ਤੋਂ ਸ਼ਾਇ ਸੋਗ ਦੀ ਲਹਿਰ ਤਾਜ਼ਾ ਵੱਡੀ ਖਬਰ ਕਵਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤਾਂ ਜਿਨ੍ਹਾਂ ਨੇ ਆਰਾਂਜ ਸ਼ੋਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਸੋ ਤੇ ਜਾ ਕੇ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਪੰਜਾਬ ਵਿੱਚ ਦੇਸਾਇਰ ਧਰਮ ਦਾ ਸਨਮਾਨ ਕਰਨ ਵਾਲ ਲੋਕ ਰਿਮ ਦੇ ਹਨ ਉੱਥੇ ਹਰ ਇੱਕ ਧਰਮ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ ਜਿੱਥੇ ਪੰਜਾਬ ਵਿੱਚ ਆਉਣ ਵਾਲੇ ਦਿਨ ਤਿਉਹਾਰਾਂ ਨੂੰ ਵੀ ਸਰਧਾ ਸਤਕਾਰਨਾ ਮਨਾਇਆ ਜਾਂਦਾ ਹੈ ਉਥੇ ਵਾਪਨ ਵਾਲੀਆਂ ਖੜਨਾ ਭ੍ਰਤੀ ਵੀ ਸਾਰੇ ਲੋਕਾਂ ਵਿੱਚ ਰੋਜ਼ ਪਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਜਿੱਥੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਆਪਣੀ ਸ਼ਰਧਾ ਰੱਖੀ ਜਾਂਦੀ ਉੱਥੇ ਹੀ ਕਈ ਵਾਰ ਜੇਹ ਪਾਣ ਘਾਸੇ ਵਾਪਨ ਦੇ ਲੋਕਾਂ ਨੇ ਤਾਂ ਵੀ ਪਵਨਾ ਨੂੰ ਠੇਸ ਪਹੁੰਚਾਣ ਦੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਜਿੱਥੇ ਗੁਰਦੁਆਰਾ ਸਾਹਿਬ ਉਸ ਗਰਮ ਦਿਨੋਂ ਧਿਆਨ ਦਿੱਤਾ ਜਾਂਦਾ ਹੈ ਜਿਸ ਦੀ ਅਜੂਰੀ ਵਿੱਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ ਉੱਥੇ ਅਚਾਨਕ ਵਾਪਰਨ ਵਾਲੇ ਹੱਥ ਸੇ ਲੋਕਾਂ ਤੋਂ ਛੋੜ ਕੇ ਰਾਗ ਦੰਦੇ ਨੇ ਪੰਜਾਬ ਵਿੱਚ ਹੁਣ ਇੱਥੇ ਕਹਿਰ ਵਾਪਰਿਆ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਿਹਟਿਆਣਾ ਅਦੀਨਪਿੰਦੇ ਪਿੰਡਾਂ ਹਰ ਕੋ ਵਲ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਆਪਰੀ ਅੱਗ ਲੱਗਣ ਦੀ ਕਾਰਨ ਲੋਕਾਂ ਵਿੱਚ ਸੋਗ ਦਿਲੇ ਆ ਦੇਖੀ ਜਾ ਰਹੀ ਹੈ ਜਿੱਥੇ ਇਹ ਘਟਨਾ ਛੋਟਾ ਕਰ ਕਾਰਨ ਹੋਈ ਦਸਤੀ ਜਾ ਰਹੀ ਹੈ ਉਥੇ ਗੁਰਦੁਆਰਾ ਸਾਹਿਬ ਸ਼੍ਰੀ ਗੰਦ ਸਾਹਿਬ ਜਿੱਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ ਇਸ ਘਟਨਾ ਦਾ ਪਤਾ ਸੇਵਾਦਾਰ ਗੁਰਪੰਚਨ ਸਿੰਘ ਨੂੰ ਉਸ ਸਮੇਂ ਲੱਗਾ ਜਦੋਂ ਸਵੇਰੇ 2 ਵਜੇ ਦੇ ਕਰੀਬ ਸ਼ੁੱਕਰਵਾਰ ਨੂੰ ਕਾਰਨ ਦਤੋਂ ਇੱਕ ਲੱਗ ਗਿਆ ਜਿਸ ਸਮੇਂ ਉਸਨੇ ਦੇਖਿਆ ਤਾਂ ਪ੍ਰਕਾਸ਼ ਕੀਤੇ ਗਏ ਪਵਿੱਤਰ ਰੂਪ ਅਗਨੀ ਪੈਂਟ ਹੋ ਗਏ ਇਸ ਤੋਂ ਬਾਅਦ ਇਸ ਸਾਈ ਕਰਨ ਦੇ ਜਾਣਕਾਰੀ ਨਵਲ ਪਿੰਡ ਵਾਸੀ ਤੇ ਤਾਲਾ ਖੋਲ ਕੇ ਆਗੂ ਪਰ ਪਿੰਡ ਨਿਵਾਸੀਆਂ ਨੇ ਵੱਦਨਾ ਕਾਬੂ ਕੀਤਾ ਕੇ ਇਸ ਕੰਨ ਜਾਣ ਕਰੇ ਪੁਲਿਸ ਨੂੰ ਵੀ ਦਿੱਤੀ ਕੇ ਤੇ ਪੁਲਿਸ ਵਾਲਾ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਕੈਮਰੇ ਦੇ ਫੁਟੇਜ ਗਾ ਲੈ ਕੇ ਜਿਸ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਹਸਤਾ ਬਿਜਲੀ ਦੇ ਸ਼ਾਰਟ ਸਰਕਟ ਕਾਂਡ ਵਾਪਰਿਆ ਖਬਰ